ਹੈ ਜੋ ਭੀੜ ਦੇਖ ਕੇ ਕਾਦਾ ਉਹ ਪਿਆਰ ਸੋਹਣਿਆ ਚੱਲੇ ਨਾ ਲੋੜ ਪੈਣ ਤੇ ਕਾਦਾ ਹਥਿਆਰ ਸੋਹਣਿਆ ਜੀ ਤੋਂ ਤੰਗ ਹੋਣ ਮੁਸਾਫਰ ਜੀ ਤੋਂ ਤੰਗ ਹੋਣ ਮੁਸਾਫਰ ਓਏ ਕਾਦੀ ਉਹ ਰੈਲੀ ਆ ਸੁੱਤੇ ਨੂੰ ਵੱਡ ਜਾਵੇ ਜੋ ਓਏ ਕਾਦਾ ਉਹ ਵੈਲੀ ਆ ਸੁੱਤੇ ਨੂੰ ਵੱਡ ਜਾ ਹੈਲੋ ਕਹਿੰਦਾ ਚੰਗੀ ਹੋਵੇ ਪੰਚਾਇਤ ਦੂਰ ਧੜੇ ਬਾਜੀ ਤੋਂ ਤੇ ਪਿੰਡ ਕਰ ਜੇ ਤਰੱਕੀ ਹੈ ਪਰ ਦੋ ਚਾਰ ਹੁੰਦੇ ਪਿੱਛੋਂ ਲੱਤਾਂ ਖਿੱਚਣੇ ਹੁਣ ਨਾਲ ਹੀ ਆਣਾ ਪੱਕੀਆਂ ਜਿਹਨੇ ਦੇਖੀ ਆ ਗਰੀਬੀ ਹੋਣੀ ਪਿਆਰ ਛੱਡਦਾ ਜੀ ਪਤਾ ਚੰਗੇ ਬੰਦੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ ਕਹਿੰਦਾ ਅਮਲੀ ਦੀ ਗੱਲ ਦਾ ਕੋਈ ਯਕੀਨ ਨਾ ਕਰੇ ਅਮਲੀ ਦੀ ਗੱਲ ਦਾ ਕੋਈ ਯਕੀਨ ਨਾ ਕਰੇ ਧੇਲੇ ਦੀਆਂ ਇੱਜ਼ਤਾਂ ਨਾ ਰਹਿੰਦੀਆਂ ਜਿਹਦੇ ਡੌਲਿਆਂ 'ਚ ਜਾਣ ਹੋਈ ਉਹ ਜਿੱਤ ਦਾ ਮੈਦਾਨ ਚਿੱਟਾ ਲਾਉਣ ਵਾਲਿਆਂ ਤੋਂ ਕਬੱਡੀਆਂ ਨਹੀਂ ਪੈਂਦੀਆਂ ਉਹ ਕਹਿੰਦਾ ਬੱਬੂ ਬਰਾੜਾ ਬਹੁਤੀ ਦੇਰ ਬਿਜ਼ਨਸ ਨਹੀਂ ਉਹ ਚੱਲਦਾ ਉਹ ਦੋ ਨੰਬਰ ਦੇ ਧੰਦੇ ਦਾ ਪਰ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਕੰਮ ਨੰਗ ਬੰਦੇ ਦਾ ਬਦਲੇ ਜੋ ਭੀੜ ਦੇਖ ਕੇ ਕਾਦਾ ਹੋ ਪਿਆਰ ਸੋਹਣਿਆ ਚੱਕ ਕੇ ਕਦੇ
ਲਿਫਟ ਸੋਹਣਿਆ ਕੋਠੀ ਦੀ ਛੱਤੀ ਦੀ ਵਧੀਏ ਨਾ ਵੱਧ ਚਾਦਰੋ ਵਧੀਏ ਨਾ ਵੱਧ ਚਾਦਰੋ ਸੱਚੀ ਗੱਲ ਫੈਲੀ ਆ ਤਾੜੀ ਲਾ ਦਿਓ ਜੀ ਅਮਨਸ਼ੀਰ ਸਿੰਘ ਜੀ ਕਲਸੀ MLA ਹਲਕਾ ਬਟਾਲਾ ਉਹਨਾਂ ਦੇ ਨਾਂ 'ਤੇ ਉਹਨਾਂ ਦੇ ਅਮਤ 'ਤੇ ਆਪਣਾ ਕੀਮਤੀ ਸਮਾਂ ਸਾਨੂੰ ਦੇ ਕੇ ਗਏ ਹੈ ਸੋ ਜ਼ੋਰਦਾਰ ਤਾੜੀ ਲਾ ਦਿਓ ਜੀ ਬਾਪੂ ਨੂੰ ਤੂੰ ਤਾਂ ਕਹਿੰਦੇ ਯਾਰ ਉਹ ਲੱਡੂ ਹੁੰਦੇ ਜੋ ਕੁੜੀਆਂ ਦੇ ਮੂੰਹ ਵੱਲ ਪੈਂਦੇ ਹੁੰਦੇ ਨਾ ਪੁੱਤ ਸਿਆਣੇ ਬਾਪੂ ਨੂੰ ਤੂੰ ਤਾਂ ਕਹਿੰਦੇ ਯਾਰ ਉਹ ਲੱਡੂ ਹੁੰਦੇ ਜੋ ਕੁੜੀਆਂ ਦੇ ਮੂੰਹ ਵੱਲ ਪੈਂਦੇ ਯਾਰ ਉਹ ਲੱਡੂ ਹੁੰਦੇ ਜੋ ਕੁੜੀਆਂ ਦੇ ਮੂੰਹ ਵੱਲ ਪੈਂਦੇ ਬੱਚੇ ਦੇ ਹੱਥ 'ਚ ਅਸਲਾ ਬੱਚੇ ਦੇ ਹੱਥ 'ਚ ਅਸਲਾ ਮਾਲਿਆ ਆਣ ਕੇ ਲਿਆ ਬਾਪੂ ਨੂੰ ਤੂੰ ਤਾਂ ਕਹਿੰਦੇ ਯਾਰ ਉਹ ਲੰਡੂ ਹੁੰਦੇ ਜੋ ਕੁੜੀਆਂ ਦੇ ਮੂੰਹ ਵੱਲ ਵੇਦੇ ਹੁੰਦੇ ਨਾ ਪੁੱਤ ਸਿਆਣੇ ਬਾਪੂ ਨੂੰ ਤੂੰ ਤਾਂ ਕਹਿੰਦੇ ਯਾਰ ਉਹ ਲੰਡੂ ਹੁੰਦੇ ਜੋ ਕੁੜੀਆਂ ਦੇ ਮੂੰਹ ਵੱਲ ਵੇਦੇ ਬੱਚੇ ਦੇ ਹੱਥ 'ਚ ਅਸਲਾ ਬੱਚੇ ਦੇ ਹੱਥ 'ਚ ਅਸਲਾ ਮਾਲਿਆ ਨੇ ਕਹਿ ਲਿਆ